ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧੂ ਸੁਭਾਅ, ਬਚਨ ਦੇ ਬਲੇ, ਧਾਰਮਿਕ ਬਿਰਤੀ ਵਾਲੇ ਧੰਨ ਬਾਬਾ ਅਟਲ ਰਾਏ ਜੀ ਦਾ ਜਨਮ, ਛੇਵੀਂ ਪਾਤਸ਼ਾਹੀ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਗ੍ਰਹਿ ਗੁਰੂ ਕੇ ਮਹਿਲ ਅੰਮ੍ਰਿਤਸਰ ਵਿਖੇ ਹੋਇਆ। ਗੁਰੂ ਤੇਗ ਬਹਾਦੁਰ ਜੀ ਆਪ ਜੀ ਦੇ ਛੋਟੇ ਭਰਾ ਸਨ। ਆਪ ਜੀ ਨੇ ਮੁੱਢਲੀ ਵਿਦਿਆ ਬਾਬਾ ਬੁੱਢਾ ਜੀ ਪਾਸੋਂ ਲਈ। ਛੋਟੀ ਉਮਰ ਵਿੱਚ ਹੀ ਆਪ ਜੋ ਕੁਛ ਕਹਿੰਦੇ ਸੀ ਉਹ ਸੱਚ ਹੋ ਜਾਂਦਾ ਸੀ, ਇਸ ਲਈ ਆਪ ਜੀ ਨੂੰ ਬਾਬਾ ਜੀ ਕਿਹਾ ਜਾਣ ਲੱਗ ਗਿਆ। ਬਚਪਨ ਵਿੱਚ ਬਾਬਾ ਅਟਲ ਰਾਏ ਜੀ ਆਪਣੇ ਹਾਣੀਆਂ ਦੇ ਨਾਲ ਖਿੱਦੋ ਖੁੱਟੀ ਦਾ ਖੇਡ ਖੇਡਿਆ ਕਰਦੇ ਸਨ। ਇੱਕ ਦਿਨ ਖੇਡ ਖੇਡਦਿਆਂ ਸ਼ਾਮ ਪੈ ਗਈ ਤੇ ਬਾਰੀ ਮੋਹਨ ਦੇ ਸਿਰ ਪੈ ਗਈ। ਮੋਹਨ ਨੇ ਅਗਲੇ ਦਿਨ ਬਾਰੀ ਦੇਣ ਦਾ ਵਾਅਦਾ ਕੀਤਾ। ਸਾਰੇ ਹਾਣੀ ਆਪਣੇ ਘਰਾਂ ਵਿੱਚ ਜਾ ਕੇ ਸੌਂ ਗਏ। ਰਾਤ ਸੁੱਤੇ ਪਏ ਮੋਹਨ ਨੂੰ ਕਾਲੇ ਨਾਗ ਨੇ ਡੱਸ ਲਿਆ ਅਤੇ ਉਸਦੀ ਮੌਤ ਹੋ ਗਈ। ਅਗਲੇ ਦਿਨ ਮੋਹਨ ਦੀ ਵਾਰੀ ਸੀਗੀ, ਉਹ ਵਾਰੀ ਦੇਣ ਨਹੀਂ ਆਇਆ। ਹਾਣੀ ਕਹਿਣ ਲੱਗੇ ਕਿ ਉਹ ਵਾਰੀ ਦੇਣ ਕਰਕੇ ਨਹੀਂ ਆਇਆ, ਚਲੋ ਅਸੀਂ ਉਸਦੇ ਘਰ ਜਾਂਦੇ ਹਾਂ ਅਤੇ ਉਸਨੂੰ ਬੁਲਾ ਕੇ ਲਿਆਉਂਦੇ ਹਾਂ। ਬਾਬਾ ਅਟਲ ਰਾਏ ਜੀ ਵੀ ਉਸਨੂੰ ਲੈਣ ਲਈ ਮੋਹਨ ਦੇ ਘਰ ਪਹੁੰਚ ਗਏ। ਘਰ ਵਿੱਚ ਮਾਤਮ ਛਾਇਆ ਹੋਇਆ ਸੀ। ਮੋਹਨ ਦੀ ਮਾਂ ਨੇ ਕਿਹਾ, ਮੋਹਨ ਲੰਬੀ ਨੀਂਦ ਸੋ ਗਿਆ ਹੈ, ਹੁਣ ਇਹ ਕਦੇ ਨਹੀਂ ਉੱਠੇਗਾ। ਬਾਬਾ ਅਟਲ ਰਾਏ ਜੀ ਨੇ ਅੰਦਰ ਜਾ ਕੇ ਮੋਹਨ ਨੂੰ ਆਪਣੀ ਖੁੱਡੀ ਦੇ ਨਾਲ ਹਿਲਾ ਕੇ ਕਿਹਾ, ਉੱਠ ਮੋਹਨ, ਉੱਠ ਕੇ ਮੇਰੀ ਵਾਰੀ ਦੇ। ਇੰਨਾ ਕਹਿਣ ਦੀ ਦੇਰ ਸੀ, ਮੋਹਨ ਉੱਠ ਖਲੋਇਆ ਅਤੇ ਬੱਚਿਆਂ ਨਾਲ ਖੇਡਣ ਤੁਰ ਪਿਆ। ਪਿਤਾ ਹਰਗੋਬਿੰਦ ਸਾਹਿਬ ਜੀ ਉਹਨਾਂ ਦਿਨਾਂ ਦੇ ਵਿੱਚ ਸੰਗਤਾਂ ਦੇ ਨਾਲ ਸ੍ਰੀ ਅਕਾਲ ਤਖਤ ਸਾਹਿਬ ਦੀ ਸੇਵਾ ਕਰਵਾ ਰਹੇ ਸਨ। ਜਦੋਂ ਸ਼ਾਮ ਨੂੰ ਸੰਗਤਾਂ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਮੋਹਨ ਦੇ ਜਿਉਂਦੇ ਹੋਣ ਦੀ ਗੱਲ ਦੱਸੀ ਤਾਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਾਬਾ ਅਟਲ ਰਾਏ ਜੀ ਨੂੰ ਆਪਣੇ ਕੋਲ ਬੁਲਾ ਕੇ ਕਿਹਾ, ਤੁਸੀਂ ਮੋਹਨ ਨੂੰ ਜਿਉਂਦਾ ਕਰਕੇ ਠੀਕ ਨਹੀਂ ਕੀਤਾ। ਪ੍ਰਭੂ ਦੇ ਭਾਣੇ ਦੇ ਵਿੱਚ ਦਖਲ ਦੇਣਾ ਠੀਕ ਨਹੀਂ ਹੈ। ਹੋਰਾਂ ਦੇ ਪੁੱਤ ਵੀ ਮਰਨਗੇ, ਤੁਸੀਂ ਕਿਸ ਕਿਸ ਨੂੰ ਜਿਉਂਦਾ ਕਰੋਗੇ? ਹੁਣ ਇਸ ਧਰਤੀ 'ਤੇ ਸਰੀਰ ਦੇ ਵਿੱਚ ਤੁਸੀਂ ਰਹੋਗੇ ਜਾਂ ਅਸੀਂ? ਬਾਬਾ ਅਟਲ ਰਾਏ ਜੀ ਪਿਤਾ ਜੀ ਦਾ ਭਾਵ ਸਮਝ ਗਏ। ਗੁਰੂ ਹਰਗੋਬਿੰਦ ਸਾਹਿਬ ਜੀ ਤੋਂ ਮਾਫ਼ੀ ਮੰਗ ਕੇ ਦਰਬਾਰ ਸਾਹਿਬ ਮੱਥਾ ਟੇਕਿਆ, ਮਾਤਾ ਕੌਲਸਰ ਸਾਹਿਬ ਦੇ ਸਰੋਵਰ ਵਿੱਚ ਇਸ਼ਨਾਨ ਕਰਕੇ ਪਾਠ ਕੀਤਾ। ਇਸ ਤੋਂ ਬਾਅਦ ਸਰੋਵਰ ਦੇ ਕੰਢੇ ਚਾਦਰ ਲੈ ਕੇ ਲੇਟ ਗਏ ਅਤੇ ਸਦਾ ਲਈ ਗੁਰੂ ਚਰਨਾਂ ਦੇ ਵਿੱਚ ਜਾ ਬਿਰਾਜੇ। ਸਰੀਰ ਤਿਆਗਣ ਸਮੇਂ ਆਪ ਜੀ ਦੀ ਉਮਰ ਸਿਰਫ 9 ਸਾਲਾਂ ਦੀ ਹੀ ਸੀ। ਗੁਰੂ ਜੀ ਨੇ ਆਪਣੇ ਹੱਥੀਂ ਬਾਬਾ ਜੀ ਦਾ ਸੰਸਕਾਰ ਕੀਤਾ। ਅੱਜ ਇੱਥੇ 9 ਮੰਜ਼ਿਲਾ ਇਮਾਰਤ ਸੁਸ਼ੋਭਿਤ ਹੈ, ਜੋ ਹਰਿਮੰਦਰ ਸਾਹਿਬ ਤੋਂ 200 ਮੀਟਰ ਦੀ ਦੂਰੀ 'ਤੇ ਕੌਲਸਰ ਸਰੋਵਰ ਦੇ ਲਾਗੇ ਸਥਿਤ ਹੈ। ਇਸ ਸਥਾਨ 'ਤੇ ਲੰਗਰ ਨਹੀਂ ਪੱਕਦਾ ਅਤੇ ਸੰਗਤਾਂ ਘਰਾਂ 'ਚੋਂ ਲੰਗਰ ਪਕਾ ਕੇ ਲਿਆਉਂਦੀਆਂ ਹਨ। ਇਸ ਲਈ ਕਿਹਾ ਜਾਂਦਾ ਹੈ, ਬਾਬਾ ਅਟਲ ਪੱਕੀਆਂ ਪਕਾਈਆਂ ਕਲ। ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਾਬਾ ਅਟਲ ਰਾਏ ਜੀ ਨੂੰ 5 ਬਖਸ਼ਿਸ਼ਾਂ ਅਤੇ 5 ਵਚਨ ਦਿੱਤੇ। ਸਾਰੇ ਸ਼ਹਿਰ ਨਾਲੋਂ ਉੱਚਾ ਤੇਰਾ ਮੰਦਰ ਹੋਵੇਗਾ। ਅੰਮ੍ਰਿਤਸਰ ਆਏ ਯਾਤਰੂਆਂ ਦੀ ਯਾਤਰਾ ਤੇਰੇ ਦਰ 'ਤੇ ਮੱਥਾ ਟੇਕਣ ਨਾਲ ਸਫਲ ਹੋਵੇਗੀ। ਤੇਰੇ ਦਰ 'ਤੇ ਸੰਗਤਾਂ ਮੂੰਹ ਮੰਗੀਆਂ ਮੁਰਾਦਾਂ ਪਾਉਣਗੀਆਂ। ਤੇਰੇ ਦਰ 'ਤੇ ਲੋੜਵੰਦ ਪ੍ਰਸ਼ਾਦਾ ਛਕਣਗੇ। ਤੈਨੂੰ ਇਸ ਸ਼ਹਿਰ ਦਾ ਮੁਖੀਆ ਥਾਪਿਆ ਹੈ ਅਤੇ ਜੋ ਅੰਤਮ ਸਮੇਂ ਤੇਰਾ ਧਿਆਨ ਧਰੇਗਾ ਉਹ ਤੇਰੇ ਚਰਨਾਂ ਦੇ ਵਿੱਚ ਆਵੇਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।